ਕ੍ਰਿਸ਼ੀ ਵਿਗਿਆਨ ਕੇਂਦਰ ਅੰਮ੍ਰਿਤਸਰ ਵਿਖੇ ਪਸ਼ੂ ਵਿਗਿਆਨ ਸੰਬੰਧੀ ਵੱਖ ਵੱਖ ਤਰ੍ਹਾਂ ਦੇ ਕਿੱਤਾ ਮੁਖੀ ਕੋਰਸ ਕਰਵਾਏ ਜਾਂਦੇ ਹਨ, ਜਿਨ੍ਹਾਂ ਵਿੱਚ ਮੁਰਗੀ ਪਾਲਣ, ਡੇਅਰੀ ਪਾਲਣ, ਸੂਰ ਪਾਲਣ, ਬੱਕਰੀ ਪਾਲਣ ਸ਼ਾਮਲ ਹਨ। ਸਿਖਲਾਈ ਦੇ ਮੱਦੇਨਜ਼ਰ ਅਸੀਂ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਸਿਖਲਾਈ ਯੂਨਿਟ ਵੀ ਬਣਾਏ ਹੋਏ ਹਨ, ਤਾਂ ਜੋ ਸਿੱਖਿਆਰਥੀਆਂ ਨੂੰ ਹੱਥੀਂ ਕੰਮ ਕਰਕੇ ਤਜਰਬਾ ਹਾਸਲ ਹੋ ਸਕੇ। ਮੁਰਗੀ ਪਾਲਣ ਸਿਖਲਾਈ ਕੋਰਸ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਆਂਡਿਆਂ ਵਾਲੀਆਂ ਮੁਰਗੀਆਂ ਪਾਲਣਾ, ਬਰੈਲਰ ਪਾਲਣ ਅਤੇ ਬੈਕਯਾਰਡ ਪੋਲਟਰੀ ਦੀ ਵਿਸਤਾਰ ਪੂਰਵਕ ਸਿਖਲਾਈ ਦਿੱਤੀ ਜਾਂਦੀ ਹੈ। ਅਸੀਂ ਇਸ ਮੁਰਗੀ ਪਾਲਣ ਯੂਨਿਟ ਦਾ ਦੌਰਾ ਕਰ ਰਹੇ ਹਾਂ। ਇੱਥੇ ਅਸੀਂ ਮੀਟ ਅਤੇ ਆਂਡਿਆਂ ਵਾਲੀ ਦੋਹਰੀ ਮੰਤਵ ਵਾਲੀ ਨਸਲ ਪਾਲੀ ਹੋਈ ਹੈ, ਜੋ ਕਿ ਬੈਕਯਾਰਡ ਪੋਲਟਰੀ ਲਈ ਢੁਕਵੀਂ ਹੈ। ਮੁਰਗੀ ਪਾਲਣ ਦਾ ਕਿੱਤਾ ਪਿਛਲੇ ਲੰਮੇ ਸਮੇਂ ਤੋਂ ਇੱਕ ਹਾਊਸਹੋਲਡ ਐਕਟੀਵਿਟੀ ਰਿਹਾ, ਪਰ ਹੁਣ ਵਪਾਰਕ ਮੁਰਗੀ ਪਾਲਣ ਨੂੰ ਤਰਜੀਹ ਮਿਲਣ ਕਰਕੇ ਇਹ ਕਿੱਤਾ ਸ਼ਹਿਰਾਂ ਦੇ ਆਲੇ ਦੁਆਲੇ ਕੇਂਦਰਿਤ ਹੋ ਗਿਆ। ਪਰ ਅੱਜ ਵੀ ਭਾਰਤ ਪੱਧਰ 'ਤੇ ਆਂਡਿਆਂ ਦੀ ਕੁੱਲ ਸੰਖਿਆ ਦਾ 30 ਫੀਸਦੀ ਬੈਕਯਾਰਡ ਪੋਲਟਰੀ ਕੰਟਰੀਬਿਊਟ ਕਰ ਰਿਹਾ ਹੈ। ਪੇਂਡੂ ਪੱਧਰ 'ਤੇ ਮੀਟ ਅਤੇ ਆਂਡੇ ਦੀ ਮੰਗ ਦੀ ਪੂਰਤੀ ਲਈ ਬੈਕਯਾਰਡ ਪੋਲਟਰੀ ਇੱਕ ਵਧੀਆ ਜ਼ਰੀਆ ਹੈ। ਬੈਕਯਾਰਡ ਪੋਲਟਰੀ ਪੇਂਡੂ ਆਰਥਿਕਤਾ ਅਤੇ ਔਰਤਾਂ ਦੇ ਸ਼ਕਤੀਕਰਨ ਲਈ ਵੀ ਇੱਕ ਚੰਗਾ ਵਿਕਲਪ ਹੈ। ਫ੍ਰੀ ਰੇਂਜ ਆਂਡੇ ਅਤੇ ਮੀਟ ਦਾ ਮੁੱਲ ਵੀ ਚੰਗਾ ਮਿਲਦਾ ਹੈ, ਕਿਉਂਕਿ ਇਹ ਫ੍ਰੀ ਰੇਂਜ ਰੇਅਰਿੰਗ ਵਿੱਚ ਦਵਾਈਆਂ ਦੀ ਵਰਤੋਂ ਨਹੀਂ ਕੀਤੀ ਜਾਂਦੀ ਅਤੇ ਪੰਛੀਆਂ ਦੇ ਆਂਡੇ ਅਤੇ ਮੀਟ ਦਵਾਈਆਂ ਦੇ ਵਿਸ਼ੇਸ਼ਾਂ ਤੋਂ ਰਹਿਤ ਹੁੰਦੇ ਹਨ। ਪੰਜਾਬ ਵਿੱਚ ਬੈਕਯਾਰਡ ਪੋਲਟਰੀ ਰੇਅਰਿੰਗ ਦਾ ਰੁਝਾਨ ਕੁਝ ਘੱਟ ਰਿਹਾ ਹੈ, ਜਿਸ ਨੂੰ ਮੁੜ ਸੁਰਜੀਤ ਕਰਨ ਲਈ ਜ਼ਿਮੀਂਦਾਰ ਭਰਾਵਾਂ ਨੂੰ ਉਤੇਜਿਤ ਕਰਨ ਲਈ ਅਸੀਂ ਹਰ ਸੰਭਵ ਯਤਨ ਕਰ ਰਹੇ ਹਾਂ। ਜਿਵੇਂ ਕਿ ਆਮ ਪ੍ਰਚਲਿਤ ਕਹਾਵਤ ਹੈ, ਘਰ ਦੀ ਮੁਰਗੀ ਦਾਲ ਬਰਾਬਰ, ਇਹ ਕਿੱਤਾ ਪਰਿਵਾਰ ਦੀ ਨਿਊਟ੍ਰੀਸ਼ਨਲ ਸਿਕਿਉਰਿਟੀ ਨੂੰ ਵੀ ਸਪੋਰਟ ਕਰਦਾ ਹੈ। ਕਿਸਾਨ ਵੀਰ ਘਰੇਲੂ ਪੱਧਰ 'ਤੇ ਇਸ ਕਿੱਤੇ ਨਾਲ ਜੁੜ ਕੇ ਆਪਣੀ ਆਮਦਨ ਵਿੱਚ ਵਾਧਾ ਕਰ ਸਕਦੇ ਹਨ।